ਇਸ ਬਟੇ ਦੂਜਾ ਵਿਆਹ ਇਕਾਂਗੀ ਆਪਾਂ ਰੀਡਿੰਗ ਸਟਾਰਟ ਕੀਤੀ ਹੋਈ ਹੈ ਆਪਣੀ ਰੀਡਿੰਗ ਇੱਥੋਂ ਤੱਕ ਪਹੁੰਚ ਗਈ ਹੈ ਕਿ ਇਕਾਂਗੀ ਦੇ ਵਿੱਚ ਦੂਜੇ ਵਿਆਹ ਦੀ ਸਮੱਸਿਆ ਨੂੰ ਕਿਹੜੇ ਕਿਹੜੇ ਪਾਤਰ ਉਗਾੜਦੇ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਵਿੱਚ ਨਿਹਾਲ ਕੌਰ ਆਪਣੀ ਨੂੰਹ ਨੂੰ ਹਰ ਸਮੇਂ ਉਸੇ ਕੰਮਾਂ ਵਿੱਚ ਨੁਕਸ ਕੱਢਦੀ ਹੋਈ ਦੂਜੇ ਵਿਆਹ ਦੀਆਂ ਧਮਕੀਆਂ ਦਿੰਦੀ ਹੈ ਕਿ ਮੈਂ ਆਪਣੇ ਪੁੱਤਰ ਦਾ ਦੂਜਾ ਵਿਆਹ ਕਰ ਦੇਣਾ ਫਿਰ ਜਦੋਂ ਸੁਖਦੇਵ ਛੁੱਟੀ ਤੇ ਆਉਂਦਾ ਹੈ ਤਾਂ ਉਹ ਆਪਣੀ ਮਾਂ ਦੀ ਇਸ ਗੱਲ ਨੂੰ ਮਜ਼ਾਕ ਵਿੱਚ ਲਿਜਾਉਂਦਾ ਹੈ ਕਿਉਂਕਿ ਇਹ ਸਮੱਸਿਆ ਨੂੰ ਕਿਸੇ ਤਰੀਕੇ ਸੁਲਝਾਉਣਾ ਚਾਹੁੰਦੇ ਹੈ ਮਨਜੀਤ ਤੇ ਸੁਖਦੇਵ ਦੇ ਪਾਤਰ ਜੋ ਕਿ ਆਪਸ ਵਿੱਚ ਪਤੀ ਪਤਨੀ ਦਾ ਰਿਸ਼ਤਾ ਰੱਖਦੇ ਹੈ ਮਨਜੀਤ ਇਸ ਇਕਾਂਗੀ ਵਿੱਚ ਨੂੰਹ ਦੇ ਰੂਪ ਵਿੱਚ ਸਾਡੇ ਸਾਹਮਣੇ ਆਈ ਹੈ ਜੋ ਕਿ ਸਹੁਰੇ ਘਰ ਦੇ ਵਿੱਚ ਸੱਸ ਦੀਆਂ ਵਧੀਕੀਆਂ ਨੂੰ ਬੜੇ ਸਲੀਕੇ ਦੇ ਨਾਲ ਬੜੀ ਦਲੀਲ ਦੇ ਨਾਲ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਜੋ ਜਿਹੜਾ ਮਾਹੌਲ ਹੈ ਸੁਖਾਵਾਂ ਬਣਿਆ ਜਾਏ ਜਿਹੜੀਆਂ ਕੁੜੀਆਂ ਸਹੁਰੇ ਘਰ ਜਾਂਦੀਆਂ ਨੇ ਉਹਨਾਂ ਦਾ ਇਹੀ ਸਲੀਕਾ ਹੈ ਕਿ ਉਹ ਆਪਣੇ ਪੇਰੈਂਟਸ ਨੂੰ ਪਰੇਸ਼ਾਨ ਨਾ ਕਰਨ ਆਪਣੇ ਆਪ ਹੀ ਕੋਸ਼ਿਸ਼ ਕਰਨ ਕਿਸੇ ਤਰ੍ਹਾਂ ਸਹੁਰੇ ਘਰ ਵਿੱਚ ਐਡਜਸਟ ਕਰ ਜਾਣ ਜੋ ਕਿ ਇਸ ਇਕਾਂਗ ਵਿੱਚ ਆਪਾਂ ਪੜ੍ਹਦੇ ਹਾਂ ਕਿ ਮਨਜੀਤ ਨੇ ਕੀਤਾ ਪਰ ਜਦੋਂ ਮਨਜੀਤ ਦਾ ਪਤੀ ਸੁਖਦੇਵ ਛੁੱਟੀ ਤੇ ਆਉਂਦਾ ਹੈ ਤੇ ਮਨਜੀਤ ਉਸਦਾ ਨਾਮ ਲੈ ਕੇ ਬੁਲਾਉਂਦੀ ਹੈ ਇਹ ਗੱਲ ਵੀ ਸੱਸ ਨੂੰ ਚੰਗੀ ਨਹੀਂ ਲੱਗਦੀ ਨਿਹਾਲ ਕੌਰ ਇਸ ਤੇ ਵੀ ਗੁੱਸਾ ਕਰਦੀ ਹੈ ਕਿ ਇਹਨੇ ਨਾਂ ਲੈਣਾ ਕਿਸ ਤੋਂ ਸਿੱਖ ਲਿਆ ਕਿ ਮੈਂ ਅਜਿਹਾ ਨਹੀਂ ਕਰਨ ਦੇਵਾਂਗੀ ਹੁਣ ਤਾਂ ਦੂਜਾ ਵਿਆਹ ਇਹਦੇ ਲੱਛਣਾ ਕਰਕੇ ਦੂਜਾ ਵਿਆਹ ਕਰਵਾਉਣਾ ਹੀ ਪੈਣਾ ਆਪਣੇ ਪੁੱਤਰ ਦਾ ਕਿਉਂਕਿ ਜਦੋਂ ਪਤਾ ਚੱਲਦਾ ਹੈ ਕਿ 2.5 ਸਾਲ ਹੋ ਗਏ ਹੈ ਇਸ ਦੇ ਘਰ ਔਲਾਦ ਵੀ ਨਹੀਂ ਹੋਈ ਪਰ ਇਸ ਗੱਲ ਨੂੰ ਸੁਖਦੇਵ ਹੈ ਜਿਹੜਾ ਪੁੱਤਰ ਹੈ ਉਹ ਮਜ਼ਾਕ 'ਚ ਲੈ ਕੇ ਜਾਂਦਾ ਕੋਈ ਗੱਲ ਨਹੀਂ ਕਿ ਜਿਹੜੇ ਵਿਆਹ ਵੀ ਕਰਨਾ ਨਾ ਮਾਂ ਜੀ ਕਰਨ ਵਿਆਹ ਦਾ ਪ੍ਰਬੰਧ ਜਿਹੜੀ ਮਨਜੀਤ ਹੈ ਮੇਰੇ ਕੋਲ ਛੋਣੀ ਰਿਹਾ ਕਰੂਗੀ ਤੇ ਦੂਸਰੀ ਪਤਨੀ ਮਾਂ ਜੀ ਦੀ ਸੇਵਾ ਕਰਿਆ ਕਰੂਗੀ ਫਿਰ ਸੁਖਦੇਵ ਦੇ ਰਾਹੀਂ ਮਨਜੀਤ ਨੂੰ ਪਤਾ ਚੱਲਦਾ ਕਿ ਮਾਂ ਨੇ ਵੀ ਬੜੇ ਦੁੱਖ ਭੋਗੇ ਨੇ ਆਪਣੇ ਸਮੇਂ ਤੇ ਜਿਹੜੇ ਬਾਪੂ ਜੀ ਸਨ ਗੁਰਦਿੱਤ ਸਿੰਘ ਜੋ ਕਿ ਨਿਹਾਲ ਕੌਰ ਦਾ ਪਤੀ ਹੈ ਗੁਰਦਿੱਤ ਸਿੰਘ ਉਸਨੇ ਆਪਣੇ ਸਮੇਂ ਬੜਾ ਰੋਪ ਪਾਇਆ ਇੱਕ ਸਿਪਾਹੀ ਭਰਤੀ ਹੋਏ ਜਦੋਂ ਭਰਤੀ ਹੋਇਆ ਜਦੋਂ ਗੁਰਦਿੱਤ ਸਿੰਘ ਸਰਦਾਰ ਬਣਨ ਤੱਕ ਉਹਦੇ ਦੋ ਬੱਚੇ ਸਨ ਇੱਕ ਸੁਖਦੇਵ ਸਿੰਘ ਤੇ ਸੁਖਦੇਵ ਕੌਰ ਪਰ ਫੌਜੀ ਨੁਕਤੇ ਅਨੁਸਾਰ ਉਸਦੀ ਫੌਜੀ ਸੋਚ ਅਨੁਸਾਰ ਉਸਦੀ ਸੰਤੁਸ਼ਟੀ ਨਹੀਂ ਹੋਈ ਇਸ ਕਰਕੇ ਉਸਨੇ ਦੂਜਾ ਵਿਆਹ ਕਰਾਉਣ ਦੀ ਪਹਿਲਾਂ ਧਮਕੀ ਦਿੱਤੀ ਤੇ ਦੂਜਾ ਵਿਆਹ ਕਰਵਾ ਲਿਆ ਉਹ ਤਾਂ ਨਿਹਾਲ ਕੌਰ ਦੀ ਕਿਸਮਤ ਚੰਗੀ ਕਹਿ ਲਓ ਕਿ ਜਿਹੜੀ ਦੂਜੀ ਪਤਨੀ ਸੀ ਉਹ ਕਿਸੇ ਬਿਮਾਰੀ ਕਾਰਨ 5 ਸਾਲਾਂ ਬਾਅਦ ਗੁਜ਼ਰ ਗਈ ਹੁਣ ਇਸ ਗੱਲ ਨੂੰ ਸੁਖਦੇਵ ਮਜ਼ਾਕ 'ਚ ਲੈ ਕੇ ਜਾਂਦਾ ਹਾਂ ਵਿਆਹ ਕਰ ਦੇਣ 5 ਸਾਲ ਬਾਅਦ ਦੇਖੀ ਜਾਏਗੀ ਜੋ ਹੋਏਗੀ ਅਜਿਹੀਆਂ ਗੱਲਾਂ ਬਾਤਾਂ ਹੋ ਰਹੀਆਂ ਘਰ ਵਿੱਚ ਸੁਖਦੇਵ ਦੇ ਆਉਣ ਤੇ ਜਦੋਂ ਕਿ ਮਾਂ ਤੇ ਪੁੱਤਰ ਬੈਠੇ ਨੇ ਮਨਜੀਤ ਵੀ ਬੈਠੀ ਹੈ ਤਾਂ ਡਾਕੀਆ ਆਉਂਦਾ ਡਾਕੀਆ ਚਿੱਠੀ ਲੈ ਕੇ ਆਉਂਦਾ ਕਿਸਦੀ ਬੀਬੀ ਦੀ ਚਿੱਠੀ ਜਿਹਦੇ ਬਾਰੇ ਪਹਿਲਾਂ ਹੀ ਨਿਹਾਲ ਕੌਰ ਤੇ ਮਨਜੀਤ ਆਪਸ ਵਿੱਚ ਗੱਲਾਂ ਕਰਦੀਆਂ ਨੇ ਕਿ ਬੀਬੀ ਦੀ ਚਿੱਠੀ ਆਇਆ ਤਾਂ ਬੜੀ ਦੇਰ ਹੋ ਗਈ ਹੈ ਤੇ ਜਿਸੇ ਮਨਜੀਤ ਕਹਿੰਦੀ ਮੈਂ ਤਾਂ ਅੱਗੇ ਵੀ ਦੋ ਚਿੱਠੀਆਂ ਪਾ ਕੇ ਬੀਬੀ ਜੀ ਦੀ ਸੁੱਖ ਸਾਂਦ ਪੁੱਛਦੀ ਰਹਿੰਦੀ ਹਾਂ ਇੱਥੋਂ ਪਤਾ ਚੱਲਦਾ ਕਿ ਉਹ ਹਰ ਰਿਸ਼ਤੇ ਦੀ ਰਿਸਪੈਕਟ ਕਰਦੀ ਸਹੁਰੇ ਘਰ ਵਿੱਚ ਕਿਉਂਕਿ ਸੁਖਦੇਵ ਕੌਰ ਨਾਲ ਉਸਦਾ ਨਾਨ ਭਰਜਾਈ ਦਾ ਰਿਸ਼ਤਾ ਹੈ ਫਿਰ ਚਿੱਠੀ ਪੜ੍ਹ ਕੇ ਸੁਣਾਉਂਦੀ ਹੈ ਕੀ ਸੁਣਾਉਂਦੀ ਹੈ ਕਿ ਜਿਹੜੇ ਬੀਬੀ ਹੈ ਉਹ ਤਾਂ ਬਹੁਤ ਦੁਖੀ ਹੈ ਆਪਣੇ ਘਰ ਵਿੱਚ ਬਹੁਤ ਦੁਖੀ ਹੈ ਕਿਉਂਕਿ ਕੀ ਲਿਖਿਆ ਚਿੱਠੀ ਵਿੱਚ ਭੈਣ ਜੀ ਨੇ ਕੀ ਲਿਖਿਆ ਕਿ ਜਿਹੜਾ ਬਲਵੰਤ ਸਿੰਘ ਹੈ ਉਹ ਸ਼ਰਾਬ ਪੀਂਦਾ ਆਦੀ ਹੋ ਗਿਆ ਤੇ ਹੁਣ ਦੂਜੇ ਵਿਆਹ ਦੀਆਂ ਧਮਕੀਆਂ ਦਿੰਦਾ ਇਸ ਤੇ ਨਿਹਾਲ ਕੌਰ ਬੜੀ ਦੁਖੀ ਹੁੰਦੀ ਹੈ ਕਿਹੜੇ ਪਾਪਾਂ ਦੀ ਸਾਨੂੰ ਸਜ਼ਾ ਮਿਲ ਰਹੀ ਹੈ ਕਿਹੜੇ ਮੇਰੇ ਤੋਂ ਪਾਪ ਹੋ ਗਏ ਕਿ ਮੇਰੀ ਬੱਚੀ ਤੇ ਅਜਿਹੀ ਹੋਣੀ ਵਾਪਰਨ ਲੱਗੀ ਹੈ ਉਸ ਤੇ ਉਹ ਆਪਣੀ ਨੂੰਹ ਕੋਲੋਂ ਮਾਫ਼ੀ ਮੰਗਦੀ ਹੈ ਬਹੂ ਮੈਨੂੰ ਮਾਫ਼ ਕਰੀ ਮੈਂ ਬੜੇ ਬੋਲ ਕਬੋਲ ਬੋਲੇ ਮੈਨੂੰ ਉਹਨਾਂ ਬੋਲਾਂ ਦੀ ਮਾਫ਼ੀ ਇਸ ਤੇ ਮਨਜੀਤ ਕਹਿੰਦੀ ਤੁਸੀਂ ਰੋਵੋ ਨਾ ਮਾਂ ਜੀ ਕੀ ਹੌਸਲਾ ਦਿੰਦੀ ਹੈ ਲਾਸਟ ਪੇਜ ਬਟੇ ਕਹਿੰਦੀ ਇਹ ਸਮੱਸਿਆ ਦਾ ਹੱਲ ਸਾਡੀ ਇਸਤਰੀ ਸਭਾ ਕਰੇਗੀ ਇਸ ਤੇ ਸੁਖਦੇਵ ਨੂੰ ਪਤਾ ਚੱਲਦਾ ਕਿ ਇਸਤਰੀ ਸਭਾ ਉਹ ਕੀ ਸੁਖਦੇਵ ਨੂੰ ਪਤਾ ਨਹੀਂ ਹੈ ਤਾਂ ਉਹ ਦੱਸਦੀ ਹੈ ਇੱਥੇ ਆਪਾਂ ਰੀਡ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਇਸਦੀਆਂ ਸ਼ਾਖਾਵਾਂ ਨੇ
जो इस्त्री सभा असी बनाई है जिसकी सकत्तर सुखराज कौर है ते भैन जी दे पिंड भी भैन जी मीन सुखदेव कौर दे पिंड भी इसकी शाखा है इसकी ब्रांच है जिसकी जिसकी सकत्तर कौन है बेटे सतवंत कौर बड़ी धड़लेदार है वो इस बलवंत सिंह नू सीधे राह ते लियाएगी हुण लास्ट पेज ते एकांगी शिखर ते पहुंचदा है एकांगी शिखर ते पहुंचदा है जदों जदों बापू गुरदित सिंह घर विच आंदे है कित्थों आंदे बेटे खेतां तों आंदे है तां आके अपने पुत्तर नूं देख के बड़े खुश हुंदे है पुत्तर नूं मिलदे है सुखदेव सिंह नूं सुखदेव सिंह दी राजी खुशी पुछदे है तां इसे पता चलदा है कि जड़ी निहाल कौर है वह डुसकदी पई है वह रोंदी पई है लास्ट पे देखो बेटे वह अपनी पत्नी निहाल कौर नूं पुछदा है निहाल कौर नूं पुछदा है कि वह डुसकदी क्यों पई है रोंदी क्यों पई है तां निहाल कौर दसदी है अपनी बीबी बड़ी दुखी है तां इसे गुरदित सिंह कहिंदा है मैं तो पहला ही पता सी जागीरदारां दे नाल जागीरदारां दे नाल साडा वाह पिया उत्थे साडी कोई निभ नहीं सी मीन्स उह तां बड़े वड्डे जागीरदार सन उन्होंने साडी कुड़ी नूं इस तरह ही करना सी पर इस ते मन गुरदित सिंह की कहिंदा है मैं अपनी धी नूं अपने कोल बुला लैणा इत्थे मेरे कोल धी दे जोगा कोई घाटा नहीं असीं अपनी धी नूं दुखी नहीं दे सकदे सुखदेव कहिंदा कोई गल नहीं बापू जी विआह करवाउंदा ते करा लवे बलवंत सिंह भी हर एक ने विआह नूं मजाक समझिया होया सुखदेव सिंह की कहिंदा हर एक ने दूजे विआह नूं की समझिया मजाक समझिया होया असीं मुजारियां तों भी माड़े हो गए मुजारे कौन हुंदे ने जिहड़े कामे हुंदे ने जिहड़े दूजे की जमीन लैके वाही करदे ने आप मालक नहीं हुंदे जमीन दे कहिंदा असीं उहनां नालों भी माड़े हो गए साडी कुड़ी नूं दुख दित्ते जा रहे ने इसे मनजीत है जिहड़ी हौसला दिंदी है कि कोई गल नहीं घबराओ ना साडी इस्त्री सभा इसे लई बनी है साडी इस्त्री सभा औरतां दे हक्कां लई है औरतां नूं उहनां दे हक प्राप्त होणगे अज दी औरत जाग चुकी अपने हक्कां लई इन्ने नूं मनजीत कौर की देखदी है टांगा बूहे ते आ गया एक तां टांगा पहलां आया सी किहड़ा टांगा आया सी बेटे जिहदे विच सुखदेव आया सी हुण टांगा आ गया कि जिहड़ी बीबी है ना सुखदेव कौर आप ही बच्चियां नूं लैके आ गई है घर उहदियां दो बच्चियां ने की देखदे ने दो बच्चियां 5 साल दी ते 3 साल दी नूं लैके प्रवेश करदी है कित्थे स्टेज ते क्योंकि नाटक स्टेज ते खेडिया जा रहा तां सारे देख के हैरान हुंदे ने कि बीबी कित्थों आ गई बीबी सुख नाल तां आई है छोटी बच्ची नूं उहने गोद लिया होया जिहड़ी 3 साल दी है सुख नाल ही आई हाँ की कहिंदी है मेरी चिट्ठी की फिक्र ना करो सारे परिवार नूं हौसला दिंदी कहिंदी फिक्र ना करो जिहड़ी चिट्ठी आई सी मैं तां वीर नूं मिलण आई हाँ कि मैनूं पता लग्गिया वीर छुट्टी ते आया ते वीर ने छेती चले जाणा सुखदेव सिंह छुट्टी ते आया ना छौनी तों इस करके मैं उहनूं मिलण आई हाँ फिर चंगा ही किता बीबी सति श्री अकाल सुखदेव उहनूं मिलदा भैन नूं निहाल कौर भी मिलदी है ते जिहड़ी गोगी है उहने सुखदेव कौर दी बेटी है उह भी अपने मामा जी नूं सति श्री अकाल बुलांदी है तां फिर कहिंदे कि चिट्ठी कादी आई सी चिट्ठी क्यों पाई है वह कहती मैं चिट्ठी फड़ाउंदी उहनूं चिट्ठी च फड़ाउंदे होए गुरदित सिंह कहिंदा पिता उहदा कि सानूं तां इह फिक्र ही पाता चिट्ठी ने कि आ चिट्ठी च की लिखिया वह कहती फिक्र वाली कोई गल नहीं शराब कोई नवीं गल है उहदी तां रोज़ दी गल है तुहानूं पता तां है साडे घर शराब करके हमेशा ही कलेश तां पिया रहिंदा पर बीबी इहदे च होर भी कुछ लिखिया है की लिखिया बेटे कि उसने दूजे विआह करवा लैणा है चिट्ठी खोल के देखदी दूजा विआह इहो जी तां हजे तक कोई गल नहीं वह कहिंदी इहो जी कोई गल नहीं होई इह गल उहने आप वधा चढ़ा के लिख दित्ती है पर सुखदेव कहिंदा कि इह उहदे ही दस्तखत ने उहदी लिखाई है चिट्ठी फड़ाउंदी दस्तखत नहीं पछाणिया सी साडा तां चंगा मौजू बनिया सुखदेव हुण एकांगी जदों अखीर ते पहुंचदा कहिंदा साडा तां चंगा मुखौल बनिया कहिंदे साडा मौजू नहीं बनिया साडी मां दा मौजू बनिया जिहड़ी मां नूं सबक मिलिया साडे नूं किन्नू मिलिया सबक निहाल कौर नूं जिहड़ी कि हर समय अपनी मनजीत नूं दूजे विआह दी ताने दिंदी सी इस नूं सिक्ख्या मिल गई वह कहिंदी हाँ सचमुच ही मैनूं सिक्ख्या मिल गई है
ਇਸ ਤੇ ਸੁਖਦੇਵ ਕੌਰ ਕਹਿੰਦੀ ਕੀ ਸਿੱਖਿਆ ਮਿਲ ਗਈ ਉਹ ਕਹਿੰਦੀ ਹੈ ਤੈਨੂੰ ਆਪੇ ਹੀ ਦੱਸਣਗੇ ਕਿਹੜੀ ਸਿੱਖਿਆ ਮੈਨੂੰ ਮਿਲੀ ਹੈ ਇੱਥੇ ਇਕਾਂਗੀ ਦਾ ਐਂਡ ਹੁੰਦਾ ਭਾਵ ਕੀ ਹੈ ਕਿ ਜੇ ਇਕਾਂਗੀ ਵਿੱਚ ਇਕਾਂਗੀਕਾਰ ਨੇ ਦੂਜੇ ਵਿਆਹ ਦੀ ਸਮੱਸਿਆ ਨੂੰ ਲਿਆ ਤਾਂ ਉਹਨੂੰ ਤਰੀਕੇ ਦੇ ਨਾਲ ਸਲੀਕੇ ਦੇ ਨਾਲ ਸੁਲਝਾਉਣ ਵਿੱਚ ਇਹ ਇਕਾਂਗੀ ਸਫਲ ਵੀ ਹੋਇਆ ਹੁਣ ਕੁਸ਼ਚਨ ਆਂਸਰ ਦੇਖੋ ਬੇਟੇ ਫਸਟ ਕੁਸ਼ਚਨ ਬੈਕ ਐਕਸਰਸਾਈਜ਼ ਕਰੋ ਉਸ ਤੋਂ ਬਾਅਦ ਵੱਡੇ ਕੁਸ਼ਚਨ ਲਿਖਾਵਾਂਗੀ ਉਹਦੇ ਆਂਸਰ ਤੁਸੀਂ ਫਰੇਮ ਕਰਕੇ ਆਉਣੇ ਆ ਉਹ ਆਪਾਂ ਕੱਲ੍ਹ ਦੀ ਕਲਾਸ 'ਚ ਡਿਸਕਸ ਕਰਾਂਗੇ ਮੇਰਾ ਤਾਂ ਕੋਈ ਨਹੀਂ ਕਰਦਾ ਜੀ ਤੁਸੀਂ ਆਪਣੇ ਪੁੱਤਰ ਦੇ ਦੂਜੇ ਵਿਆਹ ਦੇ ਡਰਾਵੇ ਦਿੰਦੇ ਰਹਿੰਦੇ ਹੋ ਪਰ ਮਾਂ ਜੀ ਮੈਂ ਮਗਰੋਂ ਨਹੀਂ ਲੈਣ ਵਾਲੀ ਇੰਨੀ ਸੌਖੀ ਤੁਸੀਂ ਕਰੋ ਸਹੀ ਦੂਜਾ ਵਿਆਹ ਆਪਣੇ ਪੁੱਤ ਦਾ ਮੈਂ ਸ਼ਹੀਦ ਹੋ ਕੇ ਨਾ ਮਰ ਜਾਵਾਂ ਤੁਹਾਡੇ ਦਰ ਤੇ ਇਹ ਸ਼ਬਦ ਕਿਸਨੇ ਕਿਸ ਨੂੰ ਕਹੇ ਯੈਸ ਬੇਟੇ ਮਨਜੀਤ ਨੇ ਨਿਹਾਲ ਕੌਰ ਨੂੰ ਕਹੇ ਸੈਕਿੰਡ ਕੁਸ਼ਚਨ ਮਨਜੀਤ ਦੀ ਸੱਸ ਉਸਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ ਦੂਜੇ ਵਿਆਹ ਦਾ ਡਰਾਵਾ ਦਿੰਦੀ ਹੈ ਸੱਸ ਵੱਲੋਂ ਡਰਾਵੇ ਦੇ ਸੰਬੰਧ ਵਿੱਚ ਮਨਜੀਤ ਕੀ ਆਖਦੀ ਹੈ ਯੈਸ ਉਹ ਕੀ ਕਹਿੰਦੀ ਹੈ ਵੈਰੀ ਗੁੱਡ ਵਿਵਾਨ ਨੇ ਸਹੀ ਆਂਸਰ ਦਿੱਤਾ ਕਿ ਤੁਸੀਂ ਆਪਣੇ ਪੁੱਤਰ ਦਾ ਵਿਆਹ ਜੀ ਸਦਕੇ ਕਰੋ ਪਰ ਮੈਂ ਤਾਂ ਇੱਥੋਂ ਜਾਣ ਵਾਲੀ ਨਹੀਂ ਹਾਂ ਮੈਂ ਇੱਥੇ ਹੀ ਸ਼ਹੀਦ ਹੋ ਕੇ ਮਰ ਜਾਣਾ ਹੈ ਸੈਕਿੰਡ ਪੈਰਾ ਜਦੋਂ ਬਾਪੂ ਜੀ ਸਿਪਾਹੀ ਭਰਤੀ ਹੋਏ ਤਾਂ ਉਹਨਾਂ ਦਾ ਵਿਆਹ ਹੋਇਆ ਸੀ ਸਰਦਾਰ ਬਣਨ ਤੱਕ ਉਹਨਾਂ ਦੀ ਇੱਕ ਮੁੰਡਾ ਤੇ ਇੱਕ ਕੁੜੀ ਸੀ ਮੈਂ ਤੇ ਭੈਣ ਜੀ ਇਹਦਾ ਮਤਲਬ ਇਹ ਵਰਡਿੰਗ ਕਿਹਦੀ ਹੈ ਸੁਖਦੇਵ ਸਿੰਘ ਦੀ ਕਿਹਦੇ ਨਾਲ ਗੱਲਬਾਤ ਕਰ ਰਿਹਾ ਉਹ ਮਨਜੀਤ ਨਾਲ ਜਦੋਂ ਨਿਹਾਲ ਕੌਰ ਪੁਦੀਨਾ ਤੋੜਨ ਗਈ ਹੈ ਜਦੋਂ ਰੋਟੀ ਦੀ ਆਹਰ ਵਿੱਚ ਉਹ ਲੱਗੀਆਂ ਹੋਈਆਂ ਨੇ ਕਿ ਸੁਖਦੇਵ ਛੁੱਟੀ ਤੇ ਆਇਆ ਬਾਪੂ ਜੀ ਨੇ ਸ਼ਾਇਦ ਫੌਜੀ ਨੁਕਤੇ ਅਨੁਸਾਰ ਦੂਜਾ ਵਿਆਹ ਕਰਵਾ ਲਿਆ ਇਹ ਸ਼ਬਦ ਕਿਸਨੇ ਕਿਸ ਨੂੰ ਕਹੇ ਸੁਖਦੇਵ ਨੇ ਮਨਜੀਤ ਨੂੰ ਬਾਪੂ ਜੀ ਦੇ ਸਰਦਾਰ ਬਣਨ ਤੇ ਪਰਿਵਾਰ ਵਿੱਚ ਕੀ ਵਾਧਾ ਹੋਇਆ ਸਰਦਾਰ ਬਣਨ ਤੱਕ ਉਹਨਾਂ ਦੇ ਘਰ ਇੱਕ ਸੁਖਦੇਵ ਤੇ ਇੱਕ ਉਸਦੀ ਭੈਣ ਸੁਖਦੇਵ ਕੌਰ ਆ ਚੁੱਕੇ ਸਨ ਦੂਸਰਾ ਉਹਨਾਂ ਦੇ ਵੱਡੇ ਭੈਣ ਜੀ ਸੁਖਦੇਵ ਕੌਰ ਆ ਚੁੱਕੇ ਸਨ ਬਾਪੂ ਜੀ ਦੇ ਦੂਜਾ ਵਿਆਹ ਕਰਵਾਉਣ ਪਿੱਛੇ ਕਿਹੜੀ ਸੋਚ ਕੰਮ ਕਰਦੀ ਸੀ ਫੌਜੀ ਸੋਚ ਵੈਰੀ ਗੁੱਡ ਫੌਜੀ ਨੁਕਤੇ ਅਨੁਸਾਰ ਉਹ ਸੰਤੁਸ਼ਟ ਨਹੀਂ ਸਨ ਥਰਡ ਪੈਰਾ ਦੁਖੀ ਤਾਂ ਹੈ ਪਰ ਗੱਲ ਕੀ ਹੈ ਦੁਖੀ ਤਾਂ ਮੈਨੂੰ ਪਤਾ ਹੀ ਹੈ ਜਗੀਰਦਾਰਾਂ ਦੇ ਘਰ ਧੀ ਦੇ ਵਿਆਹ ਕੇ ਤੂੰ ਸੁੱਖ ਦੀ ਆਸ ਥੋੜੀ ਰੱਖੀ ਹੋਣੀ ਹੈ ਇਹ ਸ਼ਬਦ ਗੁਰਦਿੱਤ ਸਿੰਘ ਨੇ ਘਰ ਆ ਕੇ ਆਪਣੀ ਪਤਨੀ ਨਿਹਾਲ ਕੌਰ ਨੂੰ ਰੋਂਦੇ ਹੋਏ ਦੇਖ ਕੇ ਕਹੇ ਗੁਰਦਿੱਤ ਸਿੰਘ ਨੂੰ ਕਿਸ ਗੱਲ ਦਾ ਪਤਾ ਹੈ ਕਿ ਉਹਨਾਂ ਨੇ ਜਗੀਰਦਾਰਾਂ ਦੇ ਘਰ ਕੁੜੀ ਵਿਆਹੀ ਹੈ ਤੇ ਉਸਦੇ ਦੁੱਖ ਦਾ ਤਾਂ ਸਾਨੂੰ ਪਤਾ ਹੀ ਹੋਣਾ ਸੀ ਕਿ ਜਗੀਰਦਾਰਾਂ ਨਾਲ ਸਾਡੀ ਨਹੀਂ ਨਿਭਣੀ ਥਰਡ ਕੁਸ਼ਚਨ ਗੁਰਦਿੱਤ ਸਿੰਘ ਅਨੁਸਾਰ ਉਸੇ ਧੀ ਦੇ ਦੁਖੀ ਹੋਣ ਦਾ ਕਾਰਨ ਕੀ ਹੈ ਕਾਰਨ ਕੀ ਹੈ ਕਿ ਜਗੀਰਦਾਰਾਂ ਦੇ ਸੋਚ ਵਾਲੇ ਘਰ ਵਿੱਚ ਜਗੀਰਦਾਰੀ ਜਿੱਥੇ ਸੋਚ ਹੋਵੇ ਅਜਿਹੇ ਪਰਿਵਾਰ ਵਿੱਚ ਵਿਆਹ ਕਰਨਾ ਸਾਡੇ ਵੱਸ ਦਾ ਰੋਗ ਨਹੀਂ ਸੀ ਸਾਡੇ ਵੱਸ ਦੀ ਗੱਲ ਨਹੀਂ ਸੀ ਠੀਕ ਹੈ ਇਸ ਕਰਕੇ ਸਾਡੀ ਦੁੱਖ ਕੁੜੀ ਦੇ ਦੁਖੀ ਹੋਣ ਦਾ ਮੂਲ ਕਾਰਨ ਕੀ ਹੈ ਕਿ ਅਸੀਂ ਜਗੀਰਦਾਰਾਂ ਦੇ ਘਰ ਵਿਆਹ ਦਿੱਤੇ ਠੀਕ ਹੈ ਕਲੀਅਰ ਹੈ ਬੇਟੇ ਨੈਕਸਟ ਲਾਸਟ ਪੈਰਾ ਨੀ ਬਹੂ ਮੈਨੂੰ ਮਾਫ ਕਰੀ ਮੈਂ ਤੇਰੇ ਨਾਲ ਜਿਹੜੀਆਂ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਮੈਂ ਤਾਂ ਆਪ ਦੂਜੇ ਵਿਆਹ ਦਾ ਬੜਾ ਨਰਕ ਭੋਗਿਆ ਮੇਰੀ ਧੀ ਤੇ ਅਜਿਹੀ ਹੋਣੀ ਕਿਹੜੇ ਪਾਪਾਂ ਦਾ ਫਲ ਹੈ ਇਹ ਸ਼ਬਦ ਇਕਾਂਗੀ ਦੇ ਅੰਤ ਵਿੱਚ ਕਿਸਨੇ ਕਿਸ ਨੂੰ ਕਹੇ ਨਿਹਾਲ ਕੌਰ ਨੇ ਮਨਜੀਤ ਕੌਰ ਨੂੰ ਕਹੇ ਆਪਣੀਆਂ ਗਲਤੀਆਂ ਦੀ ਮਾਫ਼ੀ ਮੰਗਦੇ ਹੋਏ ਨਿਹਾਲ ਕੌਰ ਆਪਣੀ ਨੂੰਹ ਤੋਂ ਕਿਹੜੀ ਮਾਫ਼ੀ ਮੰਗਦੀ ਹੈ ਕਿ ਉਸਨੇ ਦੂਜੇ ਵਿਆਹ ਦੀਆਂ ਧਮਕੀਆਂ ਦੇ ਕੇ ਬੜੀ ਗਲਤੀ ਕੀਤੀ ਇਸ ਗੱਲ ਲਈ ਉਸਨੂੰ ਮਾਫ਼ ਕੀਤਾ ਜਾਵੇ ਥਰਡ ਕੁਸ਼ਚਨ ਇਸ ਪੈਰੇ ਦੇ ਅਕੋਰਡਿੰਗ ਇਹ ਸਾਰੇ ਕੁਸ਼ਚਨ ਤੁਹਾਡੇ ਬੈਕ ਐਕਸਰਸਾਈਜ਼ ਤੇ ਵਾਰਤਾਲਾਪ ਵਾਲੇ ਕੁਸ਼ਚਨ ਨੇ ਇਹ ਵੀ ਕੁਸ਼ਚਨ 4 ਮਾਰਕਸ ਦੇ ਵਿੱਚ ਆ ਸਕਦੇ ਆ ਕਿ ਇੱਕ ਪੈਰਾ ਦਿੱਤਾ ਉਹਦੇ ਅਕੋਰਡਿੰਗ 4 ਕੁਸ਼ਚਨ ਦਿੱਤੇ ਆ ਉਹਦੇ ਆਂਸਰ ਕਰੋ ਤਾਂ ਵੀ 4 ਮਾਰਕਸ ਦਾ ਕੁਸ਼ਚਨ ਬਣ ਗਿਆ ਠੀਕ ਹੈ ਬੇਟੇ ਇਹ ਤਾਂ ਈਜ਼ੀਲੀ ਤੁਸੀਂ ਕਰ ਸਕਦੇ ਹੋ ਨਾ 1 ਮਾਰਕ ਕੁਸ਼ਚਨ ਠੀਕ ਹੈ ਪਰ ਆਉਣਾ ਕੀ ਇਹ ਵੱਡੇ ਕੁਸ਼ਚਨ ਚ ਬਣ ਗਿਆ ਪਰ ਇਸ ਤੋਂ ਇਲਾਵਾ ਕਿਹੜੇ ਵੱਡੇ ਕੁਸ਼ਚਨ ਕਰਨੇ ਆ ਉਹ ਤੁਸੀਂ ਨੋਟ ਕਰੋ ਫਸਟ ਕੁਸ਼ਚਨ ਨੋਟ ਕਰੋ
ਇਕਾਂਗੀ ਦਾ ਵਿਸ਼ਾ ਕੀ ਹੈ ਜਾਂ ਇਕਾਂਗੀ ਵਿੱਚ ਕਿਹੜੀ ਸਮੱਸਿਆ ਲਈ ਗਈ ਹੈ? ਇਕਾਂਗੀ ਦਾ ਵਿਸ਼ਾ ਕੀ ਹੈ? ਇਕਾਂਗੀ ਵਿੱਚ ਸਮੱਸਿਆ ਕਿਹੜੀ ਲਈ ਗਈ ਹੈ? ਇਹਨੂੰ ਐਕਸਪਲੇਨ ਕਰਨਾ ਤਿੰਨ ਚਾਰ ਲਾਈਨਾਂ ਚ ਆਪਾਂ ਬਾਅਦ ਚ ਡਿਸਕਸ ਕਰੇ। ਪਹਿਲੇ ਕੁਐਸਚਨਸ ਨੋਟ ਕਰੋ, ਇਹਦੇ ਮਾਈਂਡ ਚ ਤੁਹਾਡੇ ਚ ਕਿਹੜੇ ਵਿਚਾਰ ਆਉਂਦੇ ਨੇ ਤੁਸੀਂ ਫਰੇਮ ਕਰੋ, ਫਿਰ ਆਪਾਂ ਡਿਸਕਸ ਕਰਾਂਗੇ। ਸੈਕਿੰਡ ਕੁਐਸਚਨ, ਇਕਾਂਗੀ ਦਾ ਸਿਰਲੇਖ ਢੁਕਵਾਂ ਹੈ ਜਾਂ ਨਹੀਂ? ਦੂਜਾ ਵਿਆਹ, ਇਕਾਂਗੀ ਦਾ ਸਿਰਲੇਖ ਢੁਕਵਾਂ ਹੈ ਜਾਂ ਨਹੀਂ? ਸਪਸ਼ਟ ਕਰੋ, ਸਪਸ਼ਟ ਕਰੋ। ਫਸਟ ਕੁਐਸਚਨ, ਵਿਸ਼ਾ ਕੀ ਲਿਆ ਜਾਂ ਸਮੱਸਿਆ ਕਿਹੜੀ ਲਈ ਹੈ? ਕਿ ਸਮੱਸਿਆ ਬਾਰੇ ਵਿਚਾਰ ਕਰੋ। ਥਰਡ ਕੁਐਸਚਨ, ਮਨਜੀਤ ਨੇ ਇਸ ਇਕਾਂਗੀ ਵਿੱਚ ਮਨਜੀਤ ਨੇ ਜਿਹੜੀ ਸਭਾ ਬਣਾਈ ਹੈ ਉਸ ਬਾਰੇ ਵਿਚਾਰ ਕਰੋ, ਜਿਹੜੀ ਸਭਾ ਬਣਾਈ ਹੈ ਉਸ ਬਾਰੇ ਵਿਚਾਰ ਕਰੋ। ਉਹ ਕਾਹਦੇ ਲਈ ਬਣਾਈ ਹੈ? ਔਰਤਾਂ ਦੀ, ਔਰਤਾਂ ਦੇ ਹੱਕਾਂ ਦੀ ਰਾਖੀ ਲਈ, ਕਿ ਅੱਜ ਦੀ ਔਰਤ ਹੈ ਜਿਹੜੀ ਉਹ ਆਪਣੇ ਹੱਕਾਂ ਲਈ ਜਾਗਰੂਕ ਹੋ ਚੁੱਕੀ ਹੈ, ਜਿਸਦੀ ਬ੍ਰਾਂਚ ਹਰ ਪਿੰਡ ਵਿੱਚ ਹੈ। ਪੰਜਾਬ ਦੇ ਹਰ ਪਿੰਡ, ਹਰ ਜ਼ਿਲ੍ਹੇ ਵਿੱਚ ਇਸਦੀ ਸ਼ਾਖਾ ਹੈ, ਜੋ ਕਿ ਔਰਤਾਂ ਦੇ ਦੁੱਖ ਤਕਲੀਫਾਂ ਨੂੰ ਦੂਰ ਕਰੇਗੀ। ਨੈਕਸਟ ਕੁਐਸਚਨ, ਮਨਜੀਤ ਵੱਲੋਂ ਆਪਣੇ ਪਤੀ ਦਾ ਨਾਮ ਲੈਣ ਤੇ, ਮਨਜੀਤ ਵੱਲੋਂ ਆਪਣੇ ਪਤੀ ਦਾ ਨਾਮ ਲੈਣ ਤੇ ਨਿਹਾਲ ਕੌਰ ਤੇ ਸੁਖਦੇਵ ਕੌਰ ਦੇ ਵਿਚਾਰਾਂ ਬਾਰੇ ਜਾਣਕਾਰੀ ਦਿਓ। ਇਹ ਚਾਰ ਨੰਬਰ ਦਾ ਕੁਐਸਚਨ ਹੈ ਵੀ, ਮਨਜੀਤ ਕੌਰ ਵੱਲੋਂ ਆਪਣੇ ਪਤੀ ਦਾ ਨਾਮ ਲੈਣ ਤੇ ਨਿਹਾਲ ਕੌਰ ਤੇ ਸੁਖਦੇਵ ਦੇ ਵਿਚਾਰਾਂ ਬਾਰੇ ਜਾਣਕਾਰੀ ਦਿਓ। ਨਿਹਾਲ ਕੌਰ ਨਾਮ ਲੈਣ ਦੇ ਹੱਕ ਵਿੱਚ ਨਹੀਂ ਹੈ ਕਿ ਨਾਮ ਕਿਸ ਕਾਰਨ ਇਹਨੇ ਨਾਮ ਲੈਣਾ ਸਿੱਖ ਲਿਆ? ਸੁਖਦੇਵ ਇਸ ਗੱਲ ਨੂੰ ਮਜ਼ਾਕ ਚ ਲੈਂਦਾ, ਨਾਮ ਲੈਣਾ ਕੋਈ ਮਾੜੀ ਗੱਲ ਨਹੀਂ ਹੈ। ਮੈਂ ਪਿਛਲੇ ਵਰੇ ਜਦੋਂ ਇਹ ਛਾਉਣੀ ਗਈ ਸੀ, ਮੈਂ ਹੀ ਇਸਨੂੰ ਇਜਾਜ਼ਤ ਦਿੱਤੀ ਹੈ। ਸਾਡੇ ਪਿੰਡ ਵਿੱਚ ਕੌਣ ਨਾਮ ਨਹੀਂ ਲੈਂਦਾ? ਸੁਖਦੇਵ ਕੀ ਕਹਿੰਦਾ ਕਿ ਜਿਹੜੀ ਰੂੜੀ ਆ ਆਪਣੇ ਪਤੀ ਰਤਨੀ ਨੂੰ ਬੋਲਾ ਕਹਿ ਕੇ ਬੁਲਾਉਂਦੀ ਹੈ, ਰੱਜੀ ਆ ਜਿਹੜੀ ਉਹ ਆਪਣੇ ਪਤੀ ਨੂੰ ਮੀਤਾ ਕਹਿ ਕੇ ਬੁਲਾਉਂਦੀ, ਇਹਦੇ ਚ ਹਰਜੀ ਕੀ ਹੈ? ਤੇ ਉਹਨੇ ਕੀ ਕਿਹਾ ਕਿ ਮੈਂ ਸਰਦਾਰ ਜੀ ਕਹਾਉਣਾ ਨਹੀਂ ਹੈ। ਤੇ ਮੈਂ ਜੇ ਸਰਦਾਰ ਜੀ, ਮਨਜੀਤ ਇਸ ਤੇ ਕੀ ਕਹਿੰਦੀ, ਵਿਚਾਰ ਕੀ ਚੱਲਦੀ ਹੈ? ਜੇ ਸਰਦਾਰ ਜੀ ਉਹਨਾਂ ਨੇ ਆਪਣੇ ਕਹੇ ਅਨੁਸਾਰ ਨਹੀਂ ਕਹਾਉਣਾ, ਤੁਸੀਂ ਮੈਨੂੰ ਨਾਮ ਨਹੀਂ ਲੈਣ ਦੇਣਾ, ਫਿਰ ਮੈਂ ਤਾਂ ਕੀ ਕਹਿ ਕੇ ਬੁਲਾਇਆ ਕਰੂੰਗੀ? ਮਾਂ ਦਾ ਪੁੱਤ ਕਹਿ ਕੇ ਬੁਲਾਇਆ ਕਰੂੰਗੀ। ਮਨਜੀਤ ਮਜ਼ਾਕ ਵਿੱਚ ਕਹਿੰਦੀ, ਮੈਂ ਤਾਂ ਇਹੀ ਕਹਿ ਕੇ ਬੁਲਾਇਆ ਕਰੂੰਗੀ, ਮਾਂ ਦੇ ਪੁੱਤ ਜੀ। ਕਲੀਅਰ ਹੈ, ਸਮਝ ਆ ਗਈ? ਇਸ ਦਾ ਭਾਵ ਕੀ ਹੈ ਕਿ ਮਾਂ ਨੂੰ ਸਮਝਾਉਣਾ ਚਾਹੁੰਦਾ ਸੁਖਦੇਵ ਕਿ ਨਾਮ ਲੈਣ ਵਿੱਚ ਕੋਈ ਹਰਜ ਨਹੀਂ। ਅਗਲਾ ਕੁਐਸਚਨ ਨੋਟ ਕਰੋ। ਨੈਕਸਟ ਕੁਐਸਚਨ, ਨਿਹਾਲ ਕੌਰ ਮਨਜੀਤ ਨੂੰ ਦੂਜੇ ਵਿਆਹ ਦੀਆਂ ਧਮਕੀਆਂ ਕਿਉਂ ਦਿੰਦੀ ਹੈ? ਦੂਜੇ ਵਿਆਹ ਦੀਆਂ ਧਮਕੀਆਂ ਕਿਉਂ ਦਿੰਦੀ ਹੈ? ਨੈਕਸਟ ਕੁਐਸਚਨ, ਨਿਹਾਲ ਕੌਰ ਨੇ ਮਨਜੀਤ ਨੂੰ ਦੂਜੇ ਵਿਆਹ ਦੀਆਂ ਸੰਬੰਧੀ ਜਿਹੜੇ ਬੋਲ ਕਬੋਲ ਬੋਲੇ ਉਸ ਬਾਰੇ ਉਹ ਮਾਫੀ ਕਿਉਂ ਮੰਗਦੀ ਹੈ? ਨਿਹਾਲ ਕੌਰ ਨੇ ਆਪਣੀ ਨੂੰਹ ਮਨਜੀਤ ਨੂੰ ਜਿਹੜੇ ਬੋਲ ਕਬੋਲ ਬੋਲੇ ਉਸ ਬਾਰੇ ਮਾਫੀ ਕਿਉਂ ਮੰਗਦੀ ਹੈ? ਇਸ ਤੋਂ ਇਲਾਵਾ ਆਪਾਂ ਕਰੈਕਟਰ ਸਕੈਚ ਕਰਾਂਗੇ। ਨਿਹਾਲ ਕੌਰ, ਚਰਿੱਤਰ ਚਿਤਰਨ ਜਿਹਨੂੰ ਕਹਿੰਦੇ ਨੇ, ਮਨਜੀਤ ਤੇ ਸੁਖਦੇਵ, ਜਿਹੜੇ ਬਾਕੀ ਪਾਤਰ ਨੇ ਉਹ ਤਾਂ ਗੱਲਬਾਤ ਰਾਹੀਂ ਆਏ ਨੇ, ਗੁਰਦਿੱਤ ਸਿੰਘ ਤੇ ਬਲਵੰਤ ਸਿੰਘ, ਠੀਕ ਹੈ? ਉਹਨਾਂ ਦਾ ਇੰਨਾ ਅਹਿਮ ਰੋਲ ਨਹੀਂ ਹੈ। ਨਿਹਾਲ ਕੌਰ ਦੀ ਪਾਤਰ ਉਸਾਰੀ ਕੀ ਹੁੰਦੀ ਹੈ? ਤੁਸੀਂ ਜ਼ਫਰਨਾਮਾ ਇਕਾਂਗੇ ਜਿਵੇਂ ਕੀਤਾ, ਪਹਿਲਾਂ ਜਾਣ ਪਛਾਣ ਕਰਾਂਗੇ, ਜਾਣ ਪਛਾਣ, ਫਿਰ ਉਹਨਾਂ ਦੇ ਕਿਹੜੇ ਗੁਣ ਤੇ ਕਿਹੜੇ ਔਗਣ ਨੇ, ਕਿਸ ਰੂਪ ਵਿੱਚ ਨਿਹਾਲ ਕੌਰ ਇਸ ਇਕਾਂਗੀ ਵਿੱਚ ਉੱਗੜ ਕੇ ਸਾਹਮਣੇ ਆਈ ਹੈ, ਮਨਜੀਤ ਕੌਰ ਇਸ ਇਕਾਂਗੀ ਵਿੱਚ ਕਿਸ ਰੂਪ ਵਿੱਚ ਆਈ ਹੈ, ਔਰ ਸੁਖਦੇਵ ਦਾ ਇਸ ਇਕਾਂਗੀ ਵਿੱਚ ਕਿਹੋ ਜਿਹੀ ਭੂਮਿਕਾ ਰਹੀ ਹੈ? ਠੀਕ ਹੈ ਬੇਟੇ, ਤਿੰਨ ਪਾਤਰਾਂ ਦੀ ਪਾਤਰ ਸਾਰੀ ਆਪਾਂ ਡਿਸਕਸ ਕਰਨੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਪਿੱਛੇ ਅਗੇਤਰ ਤੇ ਛੱਛਾ ਭਾਗ ਮੁਹਾਵਰੇ। ਛੱਛਾ ਭਾਗ ਮੁਹਾਵਰੇ ਪਹਿਲੇ ਕਰ ਲਓ ਬੇਟੇ।
ਨੰਬਰ 1 ਛੱਜ ਵਿੱਚ ਪਾ ਕੇ ਛੱਟਣਾ ਛੱਜ ਵਿੱਚ ਪਾ ਕੇ ਛੱਟਣਾ ਮੀਨਸ ਨਸ਼ਰ ਕਰਨਾ ਨਸ਼ਰ ਕਰਨਾ ਨਸ਼ਰ ਕਰਨਾ ਪਰਦਾ ਫਾਸ਼ ਕਰਨਾ ਛੱਜ ਵਿੱਚ ਪਾ ਕੇ ਛੱਟਣਾ ਨਸ਼ਰ ਕਰਨਾ ਅੱਜ ਕੱਲ ਦੇ ਨੇਤਾਵਾਂ ਨੂੰ ਬਾਕੀ ਬਣੇਗਾ ਅੱਜ ਕੱਲ ਦੇ ਨੇਤਾਵਾਂ ਨੂੰ ਛੱਜ ਵਿੱਚ ਪਾ ਕੇ ਛੱਟਣਾ ਚਾਹੀਦਾ ਭ੍ਰਿਸ਼ਟ ਨੇਤਾਵਾਂ ਨੂੰ ਸੈਕਿੰਡ 1 ਇਸ ਛੱਪਰ ਪਾੜ ਕੇ ਦੇਣਾ ਇੱਕਦਮ ਅਮੀਰ ਕਰ ਦੇਣਾ ਜਦੋਂ ਵਾਹਿਗੁਰੂ ਦੀ ਮਿਹਰ ਹੋਏ ਰੱਬ ਦੀ ਮਿਹਰ ਹੋਏ ਤਾਂ ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਬੇਟੇ ਮੁਹਾਵਰਿਆਂ ਨੂੰ 6 ਮਾਰਕਸ ਹੀ ਬੇਟੇ ਜਿੱਤੀ ਹੋਈ ਆ ਪੇਪਰ ਵਿੱਚ ਮੁਹਾਵਰੇ ਅੱਛੀ ਤਰ੍ਹਾਂ ਅਰਥ ਸਮਝ ਕੇ ਵਾਕ ਬਣਾਉਣੇ ਹੈ ਨੋਟਬੁੱਕ ਤੇ ਵਾਕ ਬਣਾਉਣੇ ਹੈ ਔਰ ਵਾਕ ਵੀ ਕਿਸ ਤਰ੍ਹਾਂ ਬਣਾਉਣੇ ਹੈ ਬਿਲਕੁਲ ਛੋਟੇ ਛੋਟੇ ਵਾਕ ਮੀਨਿੰਗਫੁਲ ਛੱਪਰ ਪਾੜ ਕੇ ਦੇਣਾ ਇੱਕਦਮ ਅਮੀਰ ਕਰ ਦੇਣਾ ਨੈਕਸਟ ਹੈ ਛਾਪਾ ਮਾਰਨਾ ਛਾਪਾ ਮਾਰਨਾ ਅਚਨਚੇਤ ਜਾਂਚ ਕਰਨੀ ਪੁਲਿਸ ਵਾਲਿਆਂ ਨੇ ਛਾਪਾ ਮਾਰ ਕੇ ਮਿਲਾਵਟ ਖੋਰਾਂ ਨੂੰ ਰੰਗੇ ਹੱਥੀ ਫੜ ਲਿਆ ਛਿੱਕੇ ਉੱਤੇ ਟੰਗਣਾ ਛਿੱਕੇ ਉੱਤੇ ਟੰਗਣਾ ਪਰਵਾਹ ਨਾ ਕਰਨੀ ਅੱਜ ਕੱਲ ਦੇ ਬੱਚੇ ਇੰਨੇ ਗੈਰ ਜ਼ਿੰਮੇਵਾਰ ਹੋ ਗਏ ਹਨ ਕਿ ਆਪਣੇ ਬਜ਼ੁਰਗਾਂ ਨੂੰ ਉਹਨਾਂ ਨੇ ਛਿੱਕੇ ਤੇ ਟੰਗਿਆ ਹੋਇਆ ਛੋਣੀ ਪਾਉਣੀ ਡੇਰਾ ਜਮਾ ਲੈਣਾ ਜਿਵੇਂ ਘਰ ਪਾ ਲੈਣਾ ਆਪਾਂ ਘੱਗਾ ਭਾਗ ਚ ਕਰ ਚੁੱਕੇ ਹਾਂ PT 1 ਚ ਹੁਣ ਤੁਹਾਡੇ ਸਿਲੇਬਸ ਚ ਕਿੰਨੇ ਨੇ ਚੱਚੇ ਤੋਂ ਲੈ ਕੇ ਝੱਜੇ ਤੱਕ ਸੈਕਿੰਡ ਟਰਮ ਲਈ ਛੋਣੀ ਪਾਉਣੀ ਪੱਕਾ ਡੇਰਾ ਜਮਾ ਲੈਣਾ ਕਈ ਮਹਿਮਾਨ ਅਜਿਹੇ ਹੁੰਦੇ ਹਨ ਜਿੱਥੇ ਜਾਂਦੇ ਨੇ ਛੋਣੀ ਪਾ ਕੇ ਹੀ ਬੈਠ ਜਾਂਦੇ ਨੇ ਉਹ ਤਾਂ ਸਾਡੇ ਘਰ 1-2 ਦਿਨ ਲਈ ਆਇਆ ਸੀ ਪਰ ਛੋਣੀ ਪਾ ਕੇ ਹੀ ਬੈਠ ਗਿਆ ਜਾਣ ਦਾ ਨਾਮ ਹੀ ਨਹੀਂ ਲੈਂਦਾ ਨੈਕਸਟ 1 ਇਸ ਛੱਕੇ ਛੁਡਾਉਣਾ ਛੱਕੇ ਛੁਡਾਉਣਾ ਹਰਾ ਦੇਣਾ ਇਹ ਤਾਂ ਤੁਸੀਂ ਜੂਨੀਅਰ ਕਲਾਸਿਸ ਚ ਆਲਰੇਡੀ ਕਰਦੇ ਆਏ ਹੋ ਛੱਕੇ ਛੁਡਾਉਣਾ ਹਰਾ ਦੇਣਾ ਛੱਕੇ ਛੁਡਾਉਣਾ ਹਰਾ ਦੇਣਾ ਭਾਰਤੀ ਟੀਮ ਨੇ ਪਾਕਿਸਤਾਨੀ ਟੀਮ ਦੇ ਛੱਕੇ ਛੁਡਾ ਦਿੱਤੇ ਛਾਈ ਮਾਈ ਹੋਣਾ ਇਹ ਤੁਸੀਂ ਅਲੋਪ ਹੋ ਜਾਣਾ ਸਾਡਾ ਪੰਜਾਬੀ ਸੱਭਿਆਚਾਰ ਸਾਡੀ ਲਿਆਕਤ ਸਾਡੀ ਤਹਿਜ਼ੀਬ ਛਾਈ ਮਾਈ ਹੋ ਗਈ ਛਿੱਲ ਲਾਉਣੀ ਖੂਬ ਲੁੱਟਣਾ ਛਿੱਲ ਲਾਉਣੀ ਖੂਬ ਲੁੱਟਣਾ ਛੈਪਰ ਲਾਉਣੀ ਝੜੀ ਲਾ ਦੇਣੀ ਉਹਨਾਂ ਦਾ ਪੁੱਤਰ ਅਫਸਰ ਬਣ ਗਿਆ ਜਾਂ ਵਿਦੇਸ਼ ਗਿਆ ਉਹਨੇ ਪਰਿਵਾਰ ਵਿੱਚ ਪੈਸੇ ਦੀ ਛੈਪਰ ਲਾ ਦਿੱਤੀ ਸਾਰੀ ਗਰੀਬੀ ਧੋ ਦਿੱਤੀ ਹੈ ਜਿਹੜੇ ਸਿਆਣੇ ਬੱਚੇ ਨੇ ਕੁਛ ਬਣ ਕੇ ਉੱਚੇ ਰੁਤਬੇ ਹਾਸਲ ਕਰਕੇ ਪੈਸੇ ਦੀ ਹਰ ਚੀਜ਼ ਦੀ ਛੈਪਰ ਲਾ ਦਿੰਦੇ ਨੇ ਜਾਂ ਇੱਕ ਪਾਸੇ ਕੋਈ ਸਮਾਗਮ ਹੋਇਆ ਉਹਦੇ ਵਿੱਚ ਗੁਰੂ ਵਿਚਾਰਾਂ ਦੀ ਮਹਾਂਪੁਰਖਾਂ ਨੇ ਛੈਬਰ ਲਾ ਦਿੱਤੀ ਝੜੀ ਲਾ ਦਿੱਤੀ ਛਾਤੀ ਉੱਤੇ ਪੱਥਰ ਰੱਖਣਾ ਸਬਰ ਨਾਲ ਸਹਿਣ ਕਰ ਲੈਣਾ ਕੋਈ ਦੁੱਖ ਤਕਲੀਫ ਆ ਗਈ ਹੈ ਜਾਂ ਕੋਈ ਪੁੱਤਰ ਨੇ ਮਾੜੀ ਕਰਤੂਤ ਕਰ ਲਈ ਹੈ ਉਹਨਾਂ ਨੇ ਛਾਤੀ ਤੇ ਪੱਥਰ ਰੱਖ ਕੇ ਸਹਿਣ ਕਰ ਲਿਆ ਜਾਂ ਕੋਈ ਅਨਹੋਣੀ ਵਾਪਰ ਗਈ ਹੈ ਨਾ ਘਰ ਚ ਹੁਣ ਰੱਬ ਦੀ ਰਜ਼ਾ ਹੈ ਠੀਕ ਹੈ ਛਾਤੀ ਤੇ ਪੱਥਰ ਰੱਖ ਕੇ ਬਜ਼ੁਰਗਾਂ ਨੇ ਸਹਿਣ ਕਰ ਲਿਆ ਛਿੰਝ ਪਾਉਣੀ ਲੜਾਈ ਝਗੜਾ ਕਰਨਾ ਘਰ ਵਿੱਚ ਵਿਆਹ ਦਾ ਸਮਾਗਮ ਬੜਾ ਸੋਹਣਾ ਚੱਲ ਰਿਹਾ ਸੀ ਕੁਝ ਬਰਾਤੀਆਂ ਨੇ ਲੜਾਈ ਕਰਕੇ ਛਿੰਝ ਪਾ ਦਿੱਤੀ ਆਪਸ ਵਿੱਚ ਬੋਲ ਕੇ ਛਿੰਝ ਪਾ ਦਿੱਤੀ ਲੜਾਈ ਝਗੜਾ ਕਰਨੀ ਠੀਕ ਹੈ ਛਿੰਝ ਪਾਉਣੀ ਲੜਾਈ ਝਗੜਾ ਕਰਨਾ ਛੱਤ ਪਾੜ ਕੇ ਰੱਬ ਬੋੜਨਾ ਅਚਨਚੇਤ ਮਦਦ ਹੋ ਜਾਣਾ ਕਿ ਜਦੋਂ ਕੋਈ ਚੀਜ਼ ਦੀ ਜ਼ਰੂਰਤ ਹੈ ਅਚਾਨਕ ਕੋਈ ਮਿਹਰ ਕਰ ਦੇਵੇ ਬੱਚਾ ਪਾਣੀ ਵਿੱਚ ਡੁੱਬ ਰਿਹਾ ਸੀ ਬਲਜੀਤ ਜੋ ਕਿ ਇੱਕ ਚੰਗੀ ਤੈਰਾਕ ਸੀ ਉਸੇ ਸਮੇਂ ਉਸਨੇ ਡੁਬਕੀ ਲਗਾ ਕੇ ਬੱਚੇ ਨੂੰ ਬਚਾਇਆ ਬਚਾ ਕੇ ਕੀ ਕੀਤਾ ਕਿ
छत पढ़ के जिवें रब बोल गया उन्होंने माता पिता लिए तो यह होया कि बलजीत ने उन्होंने बच्चे नू बचा के बहुत वड्डा एहसान किया तो रब ने भेजा उन्हों क्लीयर जां कोई घर विच पैसे की कमी आ गई अचानक कोई मददगार आ गया तो कहना छत पढ़ के रब बोड़े है अस बड़े औखे से कि बीमारी का इलाज कितना करवाना है ठीक है कोई छत कोई अचानक फरिश्ता पहुंच जाए नेक्स्ट बेटे अगेतर कर लो 1 to 25 एक पेज मुहावरे कर लो छछा भाग बाकी आप कल की क्लास करांगे अगेतर 1 to 25 पहले अगेतर हुंदे की ने मूल शब्दां दे अगे लग के नवे शब्द बनाउण नूं अगेतर आखदे हन लिखो बेटे आपां 1 to 10 ऑलरेडी किते है और पीटी 1 च भी किते हुए है नोट करो बेटे अगेतर लिखो बच्चे सम अगेतर लाके तीन शब्द बनाओ सम अगेतर समकाली यस बेटे समकाली समतल समरथ नेक्स्ट लिखो समदर्शी इको जेही नजर रखने वाले समदर्शी सम्राट नेक्स्ट लिखो बेटे सू अगेतर सपुत्र स्वरूप सजीव सचित्र सुगंध सुलेख सुमेल सुलखना सजीव ससा अगेतर लाके सजीव सू अगेतर लाके सुमेल सुलेख सुशील नेमिंग वर्ड नहीं अवॉइड करना नेक्स्ट बेटे सह अगेतर सहकारी सहयोग सहमत सहगान समूह गान नू कहंदे ने जिहड़ा ग्रुप सॉन्ग है सहगान नेक्स्ट वन इज सत अगेतर सत बचन सत गुरु सत बचन सत पुरख सत संग सत गुरु सतिकार दे विच एक पासे अगेतर लाके एक पासे पिछेतर अपने विच पूरा शब्द है सतिकार सतिनाम नेमिंग वर्ड है नहीं आना सतगुरु सत बचन सत पुरख सत संग और जे सिहारी नहीं ना पई हुई तां भी सेम वर्ड बनने सत इदां भी आ गया तां भी सतगुरु सत बचन ठीक है नेक्स्ट वर्ड इज सब अगेतर मीन छोटा सब कमेटी सब जज सब कमेटी सब जज सब डिवीजन सब रजिस्ट्रार सब इंस्पेक्टर सब कमेटी सब इंस्पेक्टर सब कमेटी यस बेटे सब कमेटी सब रजिस्ट्रार सब इंस्पेक्टर सब डिवीजन ठीक है नेक्स्ट वन इज स्वै लगा के बनाओ वेरी गुड स्वैमान स्वैजीवनी यस बच्चे स्वैजीवनी नेक्स्ट बोलो स्वैविश्वास वेरी गुड स्वैविश्वास ठीक है बच्चे ये तुसी अगेतर अच्छी तरह कर लेना अज दा जिहड़ा टेस्ट प्रिपेयर करना तुसी 4 o'clock ते शेयर होएगा तुहाडे नाल
ठीक है बच्चे, ओदी इमेज मेरे पर्सनल नंबर ते सेंड करनी। थैंक यू सो मच।